ਘੋਸ਼ਣਾ ਤੁਸੀਂ ਰੋਡ ਵੋਟ ਪਾੜਦੀ ਵੋਟ ਵੋਟ ਹੀ ਆਪ ਦਾ ਮੇਰੀ ਗੱਲ ਸੁਣੋ ਵੋਟ ਨਹੀਂ ਵੋਟ ਨਹੀਂ ਦੋਸ਼ ਕਿੰਨੇ ਨੇ ਉਹਨੂੰ ਸਾਹਮਣੇ ਬਹੁਤ ਦੇਰ ਦੀ ਬੰਦੀ ਪਈ ਹੈ ਅਸੀਂ ਗੱਲ ਉਹ ਨਹੀਂ ਹੈ ਗੱਲ ਇਹ ਅਸੀਂ ਚਲੋ ਜੋ ਵੀ ਸੀ ਤੁਸੀਂ ਕਾਗਜ਼ ਦਿਖਾਓ ਛੱਡੋ ਸਾਡੇ ਨਾਲ ਗੱਲ ਨਾ ਕਰੋ ਕਾਗਜ਼ ਦਿਖਾਓ ਫਾਈਲ ਜਿੱਥੇ ਫਾਈਲ ਲੈ ਆਉ ਸਾਰੇ ਪਾਰਟੀ ਨੂੰ ਕੋ ਲਫਤ ਦਾ ਕਾਲ ਕਰੋ ਵਿਜੀਲੈਂਸ ਦਾ ਉੱਥੇ ਪਹੁੰਚੋ ਸਾਰੇ ਯਾਰ ਬਣਾ ਲਾ ਮੈਂ ਸਰਦਾਰ ਦੀ ਦਾੜੀ ਵਾਲੇ ਬੰਦੇ ਹੋ ਤੁਸੀਂ ਭਾਜੀ ਤੁਹਾਨੂੰ ਸਿਖਾਇਆ ਬਣਾਓ ਯਾਰ ਬੰਦੇ ਵੀ ਤੁਸੀਂ ਇੱਕ ਬੰਦੇ ਨੂੰ ਕੰਨੇ ਨੂੰ ਚੁੱਕ ਕੇ ਆ ਜਾਓ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਜਾਂਦੇ ਕਾਨੂੰਨ ਕਾਗਜ਼ ਦਿਖਾਓ ਯਾਰ ਆਉਂਦੇ ਆ ਆਉਂਦੇ ਪੇਪਰ ਕੌਣ ਆਉਂਦੇ ਆ ਪੇਪਰ ਦਿਖਾਵਾਂਗੇ ਤੁਹਾਨੂੰ ਬਿਨਾ ਪੇਪਰ ਇਹਦਾ ਮਤਲਬ ਜੇ ਅਸੀਂ ਨਾ ਹੁੰਦੇ ਤੁਸੀਂ ਚੱਕ ਕੇ ਲੈ ਜਾਂਦੇ ਚੱਕਣ ਵਾਲੀ ਕਾਦੀ ਕਰਦੇ ਨਹੀਂ ਚੱਕ ਕੇ ਦੱਸਦੇ ਇਹ ਕਿਧਰ ਆ ਬੰਦੇ ਆ ਬੰਦੇ ਆ ਉਹਨਾਂ ਨੂੰ ਦੱਸੋ ਕੀ ਉਹਨਾਂ ਨੂੰ ਅਪਲਾਈ ਕੀ ਹੋ ਰਹੀ ਹੈ ਅਪਲਾਈ ਕੀ ਹੋ ਰਹੀ ਹੈ ਕੀ ਕਰਦੇ ਨੇ ਬੰਦੇ ਹਾਂਜੀ ਬੰਦੇ ਜਿੱਦ ਨੂੰ ਮੈਂ ਕਟਿੰਗ ਕਰਾ ਕੇ ਚੱਲਦਾ ਕੀ ਗੱਲ ਆ ਕਟਿੰਗ ਕਰਾ ਕੇ ਕਿਉਂ ਲੈਣਾ ਹੈ ਐ ਕਿਵੇਂ ਲੈਣਾ ਹੈ खड़े जो फड़ा गे आप ये यार हद हो गई है पंजाब जी पंजाबी दुश्मन होए पे एक दूजे भगवंत मान साहब मैं कह जल्दी कह जल्दी ला बहुत माड़ी गल है हुण हुण इहनां कोल है नहीं कुछ हुण ये डीजीपी नु उड़ीक रहे आ कदे एसएसपी नु उड़ीक रहे ने सर सारा कुछ पहला ये कल्ले आके साडे कोल राउंड अप तुसी ना को एह जी गल प्लीज सर मैं कह ना करो एह जी गल तुसी सही गल करांगे केड़ी टूट है सारा कुछ है किथे आ फिर ਲਿਆਉਂਦੇ ਆ ਕੌਣ ਲਿਆਉਂਦਾ ਤੁਸੀਂ ਕਿਉਂ ਨਹੀਂ ਲੱਗਿਆ ਤੁਸੀਂ ਕਿਵੇਂ ਆਏ ਪਹਿਲਾਂ ਹੀ ਆ ਜੋ ਨੇ ਆ ਸੁਣੀ ਜੋ ਗਏ ਬਣਾਓ ਬਣਾਓ ਲਾਈ ਆਇਓ ਉਹ ਵੀ ਨਾਲ ਨਹੀਂ ਸਾਡੇ ਉਹ ਕਾਗਜ਼ ਦਿਖਾਓ ਮੈਂ ਅੱਧਾ ਘੰਟਾ ਹੋ ਗਿਆ ਤੈਨੂੰ ਕਹਿ ਰਿਹਾ ਸਾਡੇ ਆਉਂਦੇ ਪੇਪਰ ਆਉਂਦੇ ਆ ਕੋਈ ਪੇਪਰ ਬਣਾ ਰਹੇ ਹੁਣ ਬਣੇ ਹੋਏ ਆ ਫਿਰ ਕਿੱਥੇ ਆ ਗੱਡੀਆਂ ਤੇ ਹੈ ਨਹੀਂ ਆ ਲੈਣ ਦੇ ਆ ਪਿੱਛੋਂ ਕਿੱਥੇ ਪਿੱਛੇ ਯਾਰ ਸਮਾਨ ਆ ਕੋਈ ਰੱਦੀ ਆ ਵੀ ਲੱਭ ਰਹੇ ਹੋ ਜਾਮ ਚ ਫਸ ਗਏ ਸੀ ਕੋਈ ਨਹੀਂ ਆਉਂਦੇ ਆ ਪੇਪਰ ਆ ਜਾਂਦੇ ਆ ਕਿੱਥੇ ਤੁਸੀਂ ਮਾੜੇ ਬੰਦੇ ਹੋ ਜ਼ਿੰਮੇਵਾਰ ਬੰਦੇ ਆ ਜੀ ਛੱਡੋ ਯਾਰ ਤੁਸੀਂ ਕਹਿੰਦਾ ਕੋਈ ਕਹਿੰਦਾ ਮੈਂ ਵੋਟ ਪਾਉਣਾ ਤੁਹਾਨੂੰ ਕੋਈ ਕਹਿੰਦਾ ਮੈਂ ਜ਼ਿੰਮੇਵਾਰ ਬੰਦਾ ਸਰ ਮੈਂ ਤੁਹਾਨੂੰ ਇਹ ਕਿਹਾ ਮੈਂ ਤੁਹਾਨੂੰ ਜਾਣਦਾ ਜੀ ਸਰ ਵੋਟ ਨਹੀਂ ਮੈਂ ਤੁਹਾਨੂੰ ਕਹੀ ਜਾਣਦੇ ਤੁਸੀਂ ਸਾਰੇ ਹੀ ਹੁੰਦੇ ਹੋ ਪਹਿਲਾਂ ਨਹੀਂ ਨਹੀਂ ਮੈਂ ਜਦੋਂ ਸਰਕਾਰਾਂ ਬਦਲਦੀਆਂ ਤੁਸੀਂ ਭੁੱਲ ਜਾਂਦੇ ਹੋ ਉਹ ਨਹੀਂ ਭੁੱਲਣ ਦੀ ਗੱਲ ਇਹ ਹੈ ਜੀ ਤੁਸੀਂ ਤੁਹਾਨੂੰ ਗੱਲ ਨਹੀਂ ਕਰਦੇ ਤੁਸੀਂ ਜਾਂਦੀ ਨਾ ਪਰਲੇ ਮੰਨ ਕੇ ਕਦੇ ਕੁਝ ਆ ਕੇ ਤੁਸੀਂ ਕੰਮ ਕਰਦੇ ਹੋ ਸਰ ਜਾਂਦੀ ਹੈ ਕਿ ਮੈਂ ਪਰਸਨਲ ਲਾਈਫ ਸਰ ਇਹਦੇ ਬਾਰੇ ਪਰਸਨਲ ਕਿਵੇਂ ਲਾਈਫ ਤੇਰੀ ਡਿਊਟੀ ਤੇ ਤੂੰ ਜਦੋਂ ਮੇਰੀ ਪਰਸਨਲ ਲਾਈਫ ਕਿਹੜੀ ਹੋ ਗਈ ਸਰ ਪਰਸਨਲ ਲਾਈਫ ਨਹੀਂ ਯੂ ਆਰ ਔਨ ਜੌਬ ਤੂੰ ਡਿਊਟੀ ਤੇ ਆ ਡਿਊਟੀ ਤੇ ਮੇਰੀ ਪਰਸਨਲ ਲਾਈਫ ਕਿਵੇਂ ਹੋ ਗਈ ਸਾਰੀ ਕਿ ਪਰਸਨਲ ਲਾਈਫ ਤੇਰੀ ਇਹ ਇਸ ਵੇਲੇ ਇੱਕ ਜਾਂ ਤੂੰ ਡਿਊਟੀ ਤੇ ਜਾਂ ਪਰਸਨਲ ਤੇ ਇਹਦਾ ਸਰ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਆਇਆ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਮੈਂ ਤੁਹਾਨੂੰ ਕੰਮ ਕਰ ਮੈਂ ਡਿਊਟੀ ਮੈਂ ਤੁਹਾਨੂੰ ਜਾਂ ਦੱਸਦਾ ਤੇ ਮੈਂ ਤਾਂ ਨਹੀਂ ਜਾਣਦਾ ਮੇਰੇ ਡੀਐਸਪੀ ਖੜੇ ਨੇ ਮੈਨੂੰ ਆਈ ਕਾਰਡ ਦਿਖਾ ਦਿਓ ਸਰ ਸਾਹਿਬ ਕਹਿੰਦੇ ਭਾਈ ਬਿਲਕੁਲ ਨਹੀਂ ਆਉਣਾ ਇੱਥੇ ਲਿਓ ਬਿਲਕੁਲ ਨਹੀਂ ਜਾਣਾ ਐਸਐਸਪੀ ਸਾਹਿਬ ਕੋਲ ਕਿਵੇਂ ਲਾ ਜੂਗੇ ਚੱਕ ਕੇ ਧੱਕੇ ਨਾਲ ਤੁਸੀਂ ਉਹ ਸਰ ਅਸੀਂ ਚੱਕਣ ਥੋੜਾ ਆਏ ਆ ਫਿਰ ਸਮਝ ਦਿਖਾਓ ਇਨਸਪੈਕਟਰ ਨਾਲ ਗਏ ਅਸੀਂ ਸਰ ਆ ਜੂ ਕਿਉਂ ਆਈਏ ਕਿਉਂ ਆਈਏ ਤੁਹਾਡੇ ਨੌਕਰ ਆ ਅਸੀਂ ਤੁਸੀਂ ਕਿਵੇਂ ਬੁਲਾ ਸਕਦੇ ਹੋ ਤੁਸੀਂ ਆਮ ਆਦਮੀ ਨੂੰ ਤੁਸੀਂ ਭੇਜ ਕੇ ਲੈ ਜਾਂਦੇ ਹੋ ਇਹ ਕੰਮ ਨਹੀਂ ਚੱਲਣ ਦੇਣਾ ਮੈਂ ਸਾਡੇ ਵਰਕਰਾਂ ਨੂੰ ਕਦੇ ਚੱਕਦੀ ਹਾਂ ਕਦੇ ਕਦੇ ਕਿਸੇ ਨੂੰ ਗੁੰਡਾ ਕਰਦੀ ਆ ਹੁਣ ਕੱਲੇ ਨੂੰ ਦੇਖ ਕੇ ਮੈਂ ਚੱਕਾਂਗੇ ਹੁਣ ਤੁਸੀਂ ਕਹਿੰਦੇ ਆ ਜਾਓ ਜੀ ਉੱਥੇ ਇਹ ਮਾਂ ਇਹ ਆਮ ਆਦਮੀ ਦੀ ਸਰਕਾਰ ਇਹ ਆਮ ਆਦਮੀ ਦੀ ਸਰਕਾਰ ਆ ਗੁੰਡਾਗਰਦੀ ਕਰ ਰਹੇ ਹੋ ਤੁਸੀਂ ਲਾਈਵ ਕਰ ਲਾਈਵ ਆ ਗੁੰਡਾਗਰਦੀ ਹੋ ਰਹੀ ਆ ਆਸ਼ਵੀ ਨੂੰ ਦਿਖਾਓ 5 ਮਿੰਟ ਅਸੀਂ ਡੀਜੀ ਦੇ ਆਫਿਸ ਤੋਂ ਆਏ ਆ ਤੇ ਇੱਥੇ ਆ ਖੜੇ ਆ ਹੁਣ ਇਹਨਾਂ ਕੋਲ ਕੋਈ ਕਾਗਜ਼ ਨਹੀਂ ਗੇ ਇਹ ਚੋਰਾਂ ਨੂੰ ਖੜੇ ਨੇ ਤੁਸੀਂ ਕੀ ਹੋ ਤੁਸੀਂ ਕੌਣ ਹੋ ਕਿਹੜੇ ਕੀ ਨਾਮ ਹੋ ਡੀਐਸਪੀ ਦਾ ਮੇਰਾ ਨਾਮ ਕੀ ਕਿਨੇ ਭੇਜਿਆ ਤੁਹਾਨੂੰ ਬਿਜਨਸ ਤੋਂ ਕੀ ਕੀ ਆਸ਼ਵੀ ਨੂੰ ਚੱਕਣ ਨੂੰ ਚੱਕਣ ਨੂੰ ਤਾਂ ਨਹੀਂ ਉਹਨਾਂ ਨੂੰ ਸੁਣਿਆ ਤੇ ਨਾ ਹੈ ਵੀ ਆਓ ਉੱਥੇ ਜੋ ਵੀ ਹੈਗੀ ਤਫਤੀਸ਼ ਜੁਆਇਨ ਕਰ ਤੁਸੀਂ ਜਾਓ ਤਫਤੀਸ਼ ਜੁਆਇਨ ਕਰਨ ਉਹ ਕਹਿੰਦੇ ਚੱਲਦੇ ਆ ਤੇ ਫਿਰ ਜਾਓ ਤੁਸੀਂ ਅਸੀਂ ਆ ਜਾਾਂਗੇ ਜਾਓ ਆਪਣਾ ਕੰਮ ਕਰੋ ਤੁਸੀਂ ਹਲੋ ਕੀ ਕਹਿ ਰਹੇ ਹੋ ਤੁਸੀਂ ਸੁਣਾਇਆ ਤੁਸੀਂ ਬਲੌਰ ਕਰੇ ਕਹਿੰਦੇ ਇਹਨਾਂ ਦਾ ਮੰਨਣਾ ਹੈ ਅਸੀਂ ਦੁਨੀਆ ਕੋਲ ਆਏ ਆ ਤੁਸੀਂ ਆਪਣੇ ਦੀਪ ਕੋਲ ਆਏ ਚੀਜ਼ ਆਏ ਕੋਠੀ ਤੇ ਕਹਿੰਦੇ ਤੁਸੀਂ ਇਸ ਦੁਕਾਨ ਚ ਹੁਣੋਂ ਤੁਹਾਨੂੰ ਘਰੋਂ ਨਿਕਲੇ ਆਪਣੇ ਵਾਲ ਕਟਾਉਣ ਤੇ ਤੁਸੀਂ ਹੁਣ ਕਿੱਥੇ ਕਹਿਣ ਆਏ ਹੋ ਤੁਸੀਂ ਘਰੇ ਚਿੱਠੀ ਪੱਤਰ ਦਿੰਦੇ ਲਿਖ ਕੇ टेलीफोन जी की करी जाने ड्रामा की कर रहे हो बड़े मैं तो हैरान हो गया तुसी यार कैसे बंदे हो एडे बड़े बंदे ना तुसी ऐ करोगे अरे थोनू पता थोड़े को तजर्बा है कि तुसी कोर्टां च नहीं खड़ सकना हेलो रोज थोड़े कोर्टां च तुसी फेल होने हो कम्मां च क्यों क्योंकि यही जाली काम करदे हो तुसी तुसी यही सदो बंदे नू इन्वेस्टिगेशन करो फड़ना फड़ो उहनू उत्थे बिठा के आ की काम आ तुसी चक्कण आ गए ਅਸੀਂ ਕਦੇ ਰੁਕਿਆ ਸੀ ਉੱਥੇ ਤੁਹਾਡੇ ਕੋਲ ਗਏ ਤੁਸੀਂ ਸਾਨੂੰ ਉੱਥੋਂ ਇਹ ਕਹਿੰਦੇ ਵੀ ਐਸਐਸਪੀ ਦਫ਼ਤਰ ਚਲੇ ਜਾਓ ਉੱਥੇ ਜਾ ਕੇ ਤੁਹਾਨੂੰ ਐਸਐਸਪੀ ਤੁਹਾਨੂੰ ਪੁੱਛਦੇ ਕਰਨਗੇ ਅਸੀਂ ਤੁਹਾਡੇ ਕੋਲ ਆ ਜਾਂਦੇ ਉੱਥੇ ਸਰ ਗੱਲਾਂ ਜੋ ਹੁਣ ਵੀ ਆ ਜਾਣ ਕੀ ਗੱਲ ਆ ਯਾਰ ਹੁਣ ਤੁਸੀਂ ਆ ਡਰਾਮਾ ਨਹੀਂ ਡਰਾਮਾ ਅਸੀਂ ਉੱਥੇ ਕੀ ਕਿਹਾ ਵੀ ਤੁਸੀਂ ਚੱਕੋਗੇ ਸਾਡੀ ਆਦਤ ਪਈ ਹੋਈ ਆ ਸਰ ਤੁਹਾਨੂੰ ਕੀ ਕਿਹਾ ਸੀ ਰੱਬ ਨੂੰ ਜਾਣ ਦੇਣੀ ਆ ਦੱਸੋ ਕੀ ਕਿਹਾ ਤੁਹਾਨੂੰ ਇਹੀ ਕਿਹਾ ਸੀ ਮੈਂ ਘਰੋਂ ਆਇਆ
ਤੂੰ ਮੇਰੇ ਘਰ ਦੇ ਬਾਹਰ ਜੇ ਨਿਕਲੇ ਨਿਕਲੇ ਨਹੀਂ ਸਕੂਟਰ ਤੇ ਕਿਉਂ ਨਹੀਂ ਨਿਕਲੇ ਤੁਸੀਂ ਆ ਨਿਕਲੇ ਹੁਣ ਬਾਹਰ ਅਸੀਂ ਹੁਣ ਰਿਕਾਰਡਿੰਗ ਕਰ ਦੇਣੀ ਹੈ ਤੁਹਾਡੇ ਉੱਥੇ ਰਿਕਾਰਡਿੰਗ ਕਰ ਦੇਣੀ ਹੈ ਮੇਰੇ ਕਹਿੰਦੇ ਉਹੀ ਬੰਦੇ ਜਿਹੜੇ ਚੰਡੀਗੜ੍ਹ ਸੀ ਉੱਥੇ ਦੇਖ ਕੇ ਫਿਰ ਤੁਹਾਨੂੰ ਕਿਹਾ ਤੁਹਾਨੂੰ ਕਿਹਾ ਬੰਦਾ ਕਿ ਆਸ਼ੂ ਰਿਹਾ ਉੱਥੇ ਨਿਕਲ ਨਹੀਂ ਤੁਹਾਨੂੰ ਕਿਹਾ ਬੰਦਾ ਆਸ਼ੂ ਰਿਹਾ ਚਲੋ ਆ ਜਾਓ ਤੁਹਾਡੇ ਮਗਰ ਨਹੀਂ ਆਉਂਦਾ ਅਸੀਂ ਅਸੀਂ ਆਪ ਉਹਨਾਂ ਨੂੰ ਚਲੋ ਚਲੋ ਅੱਗੇ ਤੁਹਾਡੇ ਮਗਰ ਨਾ 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 ਚਲੋ ਤੁਸੀਂ ਭਾਈ ਆਪਣੀ ਮਰਜ਼ੀ ਨਾ ਆਵਾਂਗੇ ਆ ਜਾਾਂਗੇ ਤੁਸੀਂ ਸਿਹਰਾ ਦੇਤਾ ਅਸੀਂ ਜੇ ਇਧਰ ਆ ਯਾਰ ਕਰਨ ਵਾਲੇ ਹੈ ਫੋਟੀਆਂ ਲਾਂਗੇ ਚਲੋ ਤੁਸੀਂ ਆਪ ਪਲੀਜ਼ ਆਓ ਨਾਲ ਨਾ 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 ਤੁਸੀਂ ਚਲੋ ਤੁਸੀਂ ਫਰੰਟ ਦਿਖਾ ਦਿਓ ਫਿਰ ਜੇ ਨਾਲ ਲਾਵਾਂ ਆਪਣੀ ਮਰਜ਼ੀ ਨਾ ਆਵਾਂਗੇ ਇਹ ਤਾਂ ਤੁਹਾਡੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਫਰੰਟ ਹੈਗੇ ਆ ਤੇ ਤੁਹਾਡੀ ਗੱਡੀ 'ਚ ਬਹਿ ਜਾਣੇ ਉਹ ਛੱਡੋ ਯਾਰ ਕਾਗਜ਼ ਦਿਖਾ ਹੋਇਆ ਪਈਆਂ ਦਿਖਾ ਦਿੰਦੇ ਆ ਚਲੋ ਚਲੋ ਐਫਆਈਆਰ ਦੇਖੋ ਓਏ ਆਓ ਨਾਲ ਲਾਓ ਤੁਸੀਂ ਆਓ ਗੱਡੀ ਲਾਓ ਨਾਲ ਆਓ ਅਸੀਂ ਡਰਦੇ ਨਹੀਂ ਯਾਰ ਗੱਡੀ ਜਿਵੇਂ ਕਿ ਨਾ ਪਾਓ ਤੁਸੀਂ ਅਸੀਂ ਨਾ ਡਰ ਉੱਥੇ ਚੱਲਾਂਗੇ ਤੁਹਾਡੇ ਨਾਲ ਓਏ ਆਓ ਨਾਲ ਚੱਲਦੇ ਜਿਵੇਂ ਕਿ ਨਾ ਪਾਓ ਡਿਊਟੀ ਜਿਵੇਂ ਕਿ ਨਾ ਆਓ ਤੁਸੀਂ ਨਾਲ ਚੱਲੋ ਐਮਪੀ ਆਉਂਗੇ ਉਹ ਤੁਹਾਡਾ ਕੰਮ ਹੈ ਡਿਊਟੀ ਜਿਵੇਂ ਕਿ ਨਾ ਸੱਚ ਤੁਸੀਂ ਗੱਲ ਕਰਦੀ ਮੇਰੇ ਨਾਲ ਡਿਊਟੀ ਕੋਈ ਵੀ ਫਿਰ ਦਿਖਾਓ ਇਹੀ ਤਾਂ ਕਹਿੰਦੇ ਵੀ ਤੁਸੀਂ ਨਜਾਇਜ਼ ਆਏ ਹੋ ਮੈਂ ਡਿਊਟੀ ਜਿਵੇਂ ਕਿ ਪਾਉਂਦਾ ਹੀ ਨਹੀਂ ਮੈਂ ਕਹਿੰਦਾ ਕਾਗਜ਼ ਦਿਖਾਓ ਤੁਸੀਂ ਕਾਕਾ ਜੀ ਇਹ ਗੱਲ ਆ ਕਾਗਜ਼ ਦਿਖਾਓ ਨਹੀਂ ਪਾਉਂਦਾ ਡਿਊਟੀ ਜਿਵੇਂ ਜਦੋਂ ਦਿਖਾ ਦੋਗੇ ਮੈਂ ਕੋਈ ਗੱਲ ਲੈ ਜਾਓ कोई कागज नहीं धक्के रोक रहे ਫਿਰ ਅਸੀਂ ਅਸੀਂ ਹੱਥੋਂ ਪੈ ਕਰਾਂਗੇ ਤੁਹਾਡੇ ਨਾਲ ਨਹੀਂ ਜਾਂਦੇ ਭਾਈ ਆਪਣੀ ਮਰਜ਼ੀ ਨਾਲ ਜਾਵਾਂਗੇ ਅਸੀਂ ਅਸੀਂ ਮਰਜ਼ੀ ਨਾਲ ਜਾਵਾਂਗੇ ਕਾਕਾ ਸਾਡੇ ਸਾਹ ਨੂੰ ਮੈਂ ਦੱਸਦਾ ਇੱਕ ਮਿੰਟ ਉਧਰ ਹੋ ਕੇ ਦੱਸੋ ਹਾਂ ਨਾ ਰੁਕੋ ਨਾ ਰੁਕਿਆ ਰੁਕਿਆ ਪਰ ਕਾਗਜ਼ ਦਿਖਾਓ ਫਿਰ ਰੁਕਿਆ ਕਾਗਜ਼ ਦਿਖਾਓ ਨਹੀਂ ਜਾਣਾ ਤੁਹਾਨੂੰ ਤਾਂ ਕਾਗਜ਼ ਨੂੰ ਉੱਥੇ ਜਾ ਕੇ ਦਿਖਾਵਾਂਗੇ ਸੜਕ ਤੇ ਰੋਡ ਤੋਂ ਫੋੜੇ ਕਿਵੇਂ ਚੱਕ ਕੇ ਲੈ ਜਾਓਗੇ ਕਿਵੇਂ ਚੱਕ ਕੇ ਲੈ ਜਾਓਗੇ ਤੁਸੀਂ ਬਿਨਾ ਫਰੰਟਾਂ ਨੂੰ ਕਿਵੇਂ ਚੱਕ ਕੇ ਲੈ ਜਾਓਗੇ ਕਾਕਾ ਤੁਸੀਂ ਕਾਗਜ਼ ਦਿਖਾਓ ਦੇ ਆਓ ਤੁਸੀਂ ਬਾਹਰੋਂ ਇੱਕ ਮਿੰਟ ਕੀ ਗੱਲ ਕੀ ਉਹਦੀ ਵਾਲੇ ਗੱਲ ਪੈਂਦੇ बिलकुल कोई ब्रांड नहीं हुण जल ही पहला चक के करना चाहते इंटेरोगेशन हुण कागज जड़े मंगाउणगे उत्थों कितों पहला अपनी मर्जी ना जो मर्जी भर करना चाहते भी असीं कर लईए सारे टेलीफोन करवाया हेलो चलो असने चलो चक लो यार I'm going to go to the hospital.